ਸਵਾਗਤ ਆ ਦੋਸਤੋ ਆਜ਼ਾਦ ਡੈਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 9780205013। ਅੱਜ ਦੀ ਵੀਡੀਓ ਦੋਸਤੋ ਪਿੰਡ ਦਲ ਸਿੰਘ ਵਾਲਾ ਤਹਿਸੀਲ ਇਹਨੂੰ ਜੈਤੋਂ ਪੈਂਦੀ ਆ, ਜ਼ਿਲ੍ਹਾ ਫਰੀਦਕੋਟ ਰਹਿੰਦਾ। ਦਲ ਸਿੰਘ ਦੇ ਆਸ ਪਾਸ ਦੇ ਪਿੰਡ ਜਿਵੇਂ ਰਣ ਸਿੰਘ ਵਾਲਾ, ਝੱਖੜ ਵਾਲਾ, ਬਾਜਾ ਖਾਨਾ ਵੀ ਨੇੜੇ ਰਹਿੰਦਾ ਅਤੇ ਬਗਰਾੜੀ ਵਾਲੇ ਪਾਸੇ ਦੇ ਵੀ ਆ ਸਕਦੇ, ਬਗਰਾੜੀ ਵੀ ਨੇੜੇ ਰਹਿੰਦਾ। ਤੇ ਘਰੇਲੂ ਜਾਨਵਰ ਆ ਦੋਸਤੋ, ਕੋਈ ਬਾਈਦਾ ਵਪਾਰ ਦਾ ਕੰਮ ਨਹੀਂ, ਘਰੇ ਦੁੱਧ ਤੇ ਨਗਰ ਰੱਖੇ ਹੋਏ ਸਾਹਮਣੇ, ਤੁਸੀਂ ਦੇਖ ਹੀ ਸਕਦੇ ਹੋ। ਚੋਟੀ ਬਹੁਤ ਚੰਗੀ ਹੈ ਸਾਹਮਣੇ ਜਿਹੜੀ ਆਪਾਂ ਲੈ ਕੇ ਆਏ ਹਾਂ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਕਰਾਂਗੇ, ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਕਰ ਦਿਓ, ਤੇ ਨਾਲ ਲੱਗਦਾ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਸਾਡੀ ਇਨਫੋਰਮੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜੀ। ਜਿਹੜੇ ਵੀਰ ਫੇਸਬੁੱਕ ਤੇ ਦੇਖ ਰਹੇ ਆ ਫੋਲੋ ਜ਼ਰੂਰ ਕਰ ਲਿਓ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ। ਇਨਫੋਰਮੇਸ਼ਨ ਆਪਾਂ ਜ਼ਿਆਦਾ ਬਾਈ ਤੋਂ ਲੈ ਲੈਂਦੇ ਹਾਂ, ਜ਼ਿਆਦਾ ਜਾਣਕਾਰੀ ਆ ਜਾਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਤੇ ਐਡਰੈਸ ਦੱਸ ਦਿਓ ਜੀ। ਮੇਰਾ ਨਾਮ ਗੁਰਪ੍ਰੀਤ ਸਿੰਘ, ਪਿੰਡ ਦਲ ਸਿੰਘ ਵਾਲਾ ਜੀ। ਮੋਬਾਈਲ ਨੰਬਰ ਬੋਲ ਦਿਓ ਜੀ। 8145 5504। ਇੱਕ ਵਾਰੀ ਹੋਰ ਬੋਲ ਦਿਓ, 8145 5504। ਠੀਕ ਹੈ ਜੀ, ਨੰਬਰ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਥੱਲੇ ਪਾਸੇ ਨਾਮ ਦੇ ਨਾਲ। ਝੋਟੀ ਆਪਣੀ ਘਰ ਦੀ ਹੈ ਜੀ? ਹਾਂਜੀ, ਘਰੋਂ ਝੋਟੀ। ਠੀਕ ਹੈ ਜੀ, ਸੁਣਦੀ ਹੈ ਤੇ ਕਿੰਨੇ ਦਿਨ ਲੈ ਜਾਂਦੀ ਹੈ ਜੀ? ਇਹ ਲੈ ਜੂਗੀ 4 ਦਿਨਾਂ 'ਚ ਜੀ। ਠੀਕ ਹੈ ਜੀ, ਕਿੰਨਾ ਮਹਿਸੂਸ ਹੁੰਦੀ ਹੈ ਜੀ? ਪਹਿਲਾਂ ਨਾ ਜੀ। ਅੱਛਾ, ਪਹਿਲਾਂ ਨਹੀਂ ਹੈ ਜੀ। ਠੀਕ ਹੈ ਜੀ, ਪਤਾ ਕਿਹੜੇ ਟੀਕੇ ਟੂਕੇ ਦੀ ਹੈ? ਨਹੀਂ ਕੋਈ ਹੈ ਨਹੀਂ ਜੀ, ਰਿਕਾਰਡ ਹੈ ਨਹੀਂ ਪਿਛਲਾ। ਠੀਕ ਹੈ ਜੀ, ਯਾਦ ਨਹੀਂ ਰੱਖਿਆ ਰੁਖਿਆ ਨਹੀਂ ਹੈ ਜੀ। ਠੀਕ ਹੈ ਜੀ, ਕੋਈ ਗੱਲ ਨਹੀਂ, ਰਿਕਾਰਡ ਰੱਖਿਆ ਨਹੀਂ। ਊਂ ਟੀਕੇ ਦੀ ਹੈ ਮਤਲਬ? ਊਂ ਟੀਕੇ ਦੀ ਹੈ। ਤੇ ਮਾਂ ਦਾ ਦੁੱਧ ਕੀ ਕੁਛ ਰਿਕਾਰਡ? 16 ਲੀਟਰ ਸੀ ਜੀ। 16 ਲੀਟਰ ਸੀਗਾ ਜੀ। ਕਿੰਨਵੇਂ ਸੂਏ ਦਾ ਜੀ? ਉਹਦਾ ਚੌਥੇ ਸੂਏ ਦਾ। ਚੌਥੇ ਸੂਏ ਦਾ 16 ਲੀਟਰ। ਠੀਕ ਹੈ ਜੀ, ਸਹੀ ਹੈ ਜੀ। ਤੇ ਤੋਰ ਕੇ ਦਿਖਾ ਦੇਗੀ ਮੜਾ ਜਿਹਾ ਫਿਰ? ਹਾਂ ਜੀ। ਠੀਕ ਹੈ ਜੀ। ਦੋਸਤੋ ਪਹਿਲਾ ਸੂਆ ਸੁਣਦੀ ਹੈ ਪਲੂਣ, ਮਾਂ ਦਾ ਦੁੱਧ 16 ਲੀਟਰ ਦਾ ਸੀਗਾ ਨਾਰਮਲ ਸੇਵਾ ਤੇ, ਘਰੇਲੂ ਸੇਵਾ ਤੇ। ਇੱਕ ਜਿਹੜੀ ਤੁਹਾਨੂੰ ਗੱਲ ਦੱਸ ਦੇਗੀ ਵੀ ਸਿੰਘ ਦਾ, ਤੁਹਾਨੂੰ ਦੱਸ ਦੇਗੀ ਵੀ ਸਿੰਘ ਭਾਈ ਦੱਸ ਦੋ ਮੜਾ ਜਾਂ ਸਿੰਘ ਦਾ ਜਿਹੜਾ। ਹਾਂ, ਇੱਕ ਸਿੰਘ ਦਾ ਕੈਪ ਲੱਥਾ ਹੋਇਆ। ਹਾਂ, ਸਿੰਘ ਦਾ ਕੈਪ ਪਹਿਲਾਂ ਦਾ ਲੱਥਾ, ਸਾਲ 1.5 ਸਾਲ ਹੋ ਗਿਆ। ਠੀਕ ਹੈ, ਸਹੀ ਹੈ, 1.5 ਸਾਲ ਹੋ ਗਿਆ ਦੋਸਤੋ। ਵੀ ਕਿਸੇ ਕਾਰਨ ਸਿੰਘ ਦਾ ਜਿਹੜਾ ਕੈਪ ਲੈ ਗਿਆ, ਤੁਹਾਨੂੰ ਦੱਸਦਾ ਹੁਣ ਹੈਗਾ, ਤੋਰ ਦੋ ਜੀ। ਬਾਕੀ ਦੋਸਤੋ ਹਵਾਨੇ ਦੀ ਜੱਜਮੈਂਟ ਤੁਸੀਂ ਉਸ ਹਿਸਾਬ ਨਾਲ ਕਰਿਓ ਵੀ ਪਹਿਲਾ ਸੂਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕਈ ਵਾਰ ਕੈਮਰੇ ਤੋਂ ਦੋਸਤੋ ਉੱਪਰਾ ਕਰ ਜਾਂਦਾ ਜਾਨਵਰ, ਬੰਨ ਕੇ ਤੁਹਾਨੂੰ ਦਿਖਾ ਦਿੰਦੇ ਹਾਂ। ਤੋਰਾ ਤੁਹਾਨੂੰ ਦਿਖਾਤਾ, ਜੇ ਆਪਾਂ ਇਹਦੇ ਕੱਦ ਕੱਡ ਦੀ ਗੱਲ ਕਰੀਏ, ਕੱਦ ਪੂਰਾ ਵੱਡਾ ਹੀ ਆ, ਬਾਕੀ ਤੋਰ ਵੀ ਦੱਸਦੀ ਲੰਬਾਈ ਵੇਲ ਪੂਰੀ ਵੱਡੀ ਆ, ਚੰਗੀ ਦੁੱਧ ਵਾਲੀ ਨਸਲ ਆ। ਆਜਾ ਆਜਾ, ਤੇ ਬਾਕੀ ਆਪਾਂ ਪੁੱਛ ਲੈਂਦੇ ਜਾਣਕਾਰੀ ਹੋਰ। ਕੋਈ ਨਹੀਂ, ਬੰਦ 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 ਇੱਥੇ ਬੰਦ ਹੋਈ, ਕੱਦ ਕੱਡ ਤੁਹਾਨੂੰ ਕੋਈ ਛੋਟਾ ਨਹੀਂ ਮਿਲਣਾ ਹੈਗਾ, ਸਾਹਮਣੇ ਇੱਧਰ ਵੀ ਝੋਟੀ ਖੜੀ ਹੈ ਤੇ ਬਾਈ ਦੇ ਕੱਦ ਕੱਡ ਤੋਂ ਵੀ ਅੰਦਾਜ਼ਾ ਲੱਗ ਜੂਗਾ। ਬੰਦ ਹੋਈ ਬੰਦ, ਕੋਈ ਗੱਲ ਨਹੀਂ, ਆਰਾਮ ਨਾਲ। ਕਈ ਵਾਰ ਦੋਸਤੋ ਕੈਮਰੇ ਤੋਂ ਕਰ ਜਾਂਦਾ ਜਾਨਵਰ ਦੋਸਤੋ। ਤੇ ਕਿੰਨੇ ਕੁ ਦੁੱਧ ਦੀ ਉਮੀਦ ਆ ਜੀ ਫਿਰ ਇਹ ਤੋਂ? 11 ਲੀਟਰ ਦੀ ਉਮੀਦ ਆ ਜੀ। ਅੱਛਾ, 11 ਲੀਟਰ ਦੀ ਉਮੀਦ ਆ। ਹਾਂ, ਜਿਵੇਂ ਅਸੀਂ ਇਹਦੇ ਮਾਂ ਦੇ ਇਤਿਹਾਸ ਤੋਂ ਮੰਨਦੇ ਆ ਵੀ 10 ਲੀਟਰ ਸੀਗਾ ਪਹਿਲੇ ਸੂਏ। ਠੀਕ ਹੈ ਜੀ, ਸਾਨੂੰ ਇਹਦੇ 11 ਦੀ ਉਮੀਦ ਹੈ। ਠੀਕ ਹੈ, ਜਾਨੀ ਕਿ ਪਹਿਲੇ ਸੂਏ 10 ਲੀਟਰ ਸੀ, ਚੌਥੇ ਸੂਏ ਜਾ ਕੇ ਉਹਨੇ ਕਰਤਾ ਸੀ 16 ਲੀਟਰ। 16 ਲੀਟਰ, ਸਹੀ ਹੈ ਦੋਸਤੋ। ਕੋਈ ਦੁੱਧ ਆਪਾਂ ਬਾਲਾ ਵੀ ਨਹੀਂ ਬਈ ਇਹਨਾਂ ਦੱਸਿਆ ਹਨਾ, ਜਿੰਨਾ ਦੁੱਧ ਤੁਹਾਡੇ ਸਾਹਮਣੇ ਚੌਥੇ ਸੂਏ ਦਾ 16 ਲੀਟਰ ਸੀ ਇਹਦੀ ਮਾਂ ਦਾ। ਬਾਕੀ ਜੇ ਸਾਹਮਣੇ ਦਾ ਹਵਾਨਾ ਲੱਗਦਾ ਵੀ 10-11 ਲੀਟਰ ਦੋਸਤੋ ਨੂੰ ਕੋਈ ਬਾਲਾ ਨਹੀਂ ਹੋ ਸਕਦਾ, 12 ਵੀ ਕੱਢਦੇ ਬਾਕੀ ਅਜੇ ਢਿੱਲਾਂ ਕੱਢਣ ਜੀ। ਹਾਂਜੀ, ਸਹੀ ਹੈ, ਅਜੇ 4-5 ਦਿਨਾਂ ਢਿੱਲਾਂ ਕੱਢ ਜੂ। ਤੇ ਬਾਕੀ ਤੁਸੀਂ ਕੱਦ ਕੱਢ ਦੇਖੋ, ਸਾਰੇ ਪਿੰਡੇ ਦੇ ਤੁਹਾਨੂੰ ਨਾੜਾਂ ਦੱਸ ਦੇਣ ਉਹਨਾਂ ਬਰੀਕ ਬਰੀਕ, ਥਣਾਂ ਦੇ ਸਾਈਜ਼ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਨੇੜੇ ਤੋਂ ਵੀ, 4 ਹੀ ਥਣਾਂ ਤੇ ਥਣਾਂ 'ਚ ਵਿੱਤੀ ਬਹੁਤ ਸੋਹਣੀ, ਕੋਈ ਫੋਟ ਛਾਂਗ ਨਹੀਂ ਗਾ। ਹੱਥੀ 'ਚ ਵਾਈ ਮੁੱਠੀ ਵਾਲਾ ਥਣਾ, ਵਾਲ ਢਿੱਲਾਂ ਤੁਹਾਨੂੰ ਦੱਸਦੇ ਹੋਣਗੀਆਂ, ਉਹ ਇਹ ਕੱਢ ਲੈਣਗੀਆਂ, 3-4 ਦਿਨ ਲੱਗ ਜਾਂਦੀ ਆ। ਤੇ ਇੱਧਰ ਦੀ ਵੀ ਦਿਖਾ ਦਿੰਦੇ ਹਾਂ ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਜਾਵੇ ਦੋਸਤੋ ਵੀ ਕਿੰਨਾ ਕੁ ਦੁੱਧ ਤੁਸੀਂ ਇੱਥੋਂ ਲੈ ਸਕਦੇ ਹੋ। ਨਾੜਾਂ ਦੀ ਗੱਲ ਕਰਕੇ ਪਿੰਡੇ ਤੇ ਨਾੜਾਂ ਤੁਹਾਨੂੰ ਦੱਸ ਦੇਣਾ, ਜਿਹੜੀ ਸਿੰਘ ਦੀ ਗੱਲ ਕੀਤੀ ਆ ਉਹ ਤੁਸੀਂ ਦੇਖ ਸਕਦੇ ਹੋ, ਸਿੰਘ ਦਾ ਕੈਪ ਲੱਥਾ ਤੁਹਾਨੂੰ ਦੱਸਤਾ। ਥੋੜਾ ਕੈਮਰਾ ਦੂਰ ਤੋਂ ਕਰ ਦਿੰਦੇ ਹਾਂ ਤਾਂ ਕਿ ਕੱਦ ਕੱਢ ਦਾ ਅੰਦਾਜ਼ਾ ਤੁਹਾਨੂੰ ਇੱਕ ਵਾਰੀ ਫੇਰ ਹੋ ਜਾਵੇ। ਵੇਖ ਕੇ ਵੇਖ ਕੇ ਕਈ ਵਾਰ ਨਾ
ਕੈਮਰੇ ਤੋਂ ਕਰ ਜਾਂਦੇ ਜਾਣਾ, ਕੋਈ ਨਾ ਆਪਾਂ ਦੂਰ ਕਰ ਲੈਂਦੇ, ਕੱਦ ਕੱਢ ਦਾ ਅੰਦਾਜ਼ਾ ਹੋ ਜੇ, ਤਾਂ ਕਰਕੇ ਆਪਾਂ ਦੂਰ ਕੀਤਾ ਕੈਮਰਾ ਤੇ ਹਵਾਨਾ ਤੁਹਾਨੂੰ ਆਪਾਂ ਦਿਖਾਈ ਦਿੱਤਾ ਗਾ। ਤੇ ਮੁੱਲ ਫਿਰ ਇਹਦਾ ਕੀ ਰਹਿਣ ਵਾਲਾ ਜੀ? 95,000 ਮੁੱਲ ਆ ਜੀ। 90 ਤੇ 5 ਜੀ? ਹਾਂਜੀ। ਠੀਕ ਆ ਜੀ, ਮੁੱਲ ਕੋਈ ਫਿਕਸ ਤਾਂ ਨੀ, ਮਾਨ ਤਾਨ ਹੋਜੂਗਾ? ਮਾਨ ਤਾਨ ਕਰ ਦਿਆਂਗੇ ਜੀ। ਠੀਕ ਆ ਜੀ ਦੋਸਤੋ, ਮਾਲਕ ਵੀਰ ਦੀ ਡਿਮਾਂਡ ਆ 95,000 ਰੁਪਇਆ ਮੁੱਲ ਜਿਹੜਾ ਹੁੰਦਾ ਮਾਲਕ ਵੀਰ ਵੱਲੋਂ ਹੁੰਦਾ, ਕਿਉਂਕਿ ਅਗਲੇ ਨੇ ਪਸ਼ੂ ਸਾਂਭਿਆ ਹੁੰਦਾ ਤੇ ਅੱਗੇ ਹੁਣ ਮਾਨ ਤਾਨ ਹੋਜੂਗਾ। ਖੇਚਲ ਤੁਹਾਡੀ ਹੈ, ਸੌਦਾ ਤੁਸੀਂ ਲਾਉਣਾ, ਨੰਬਰ ਸਕਰੀਨ ਤੇ ਚੱਲਦਾ ਰਹਿਣਾ ਥੱਲੇ ਪਾਸੇ, ਘਰੇਲੂ ਨਾਗਾ। ਵੀਡੀਓ ਦੇਖਣ ਲਈ ਧੰਨਵਾਦ ਦੋਸਤੋ।